ਦਰبار ਸਾਭੀਆਂ ਕੰਦਾ ਨਾਲ ਲੱਗੇ ਮੁਗਲ ਸ਼ਰਾਬਾਂ ਪੀ ਰਹੇ ਨੇ दारू ਦੀ ਦਰਗੰਧ ਆ ਰਹੀ ਆ ਹੁੱਕਿਆਂ ਦੀ ਦਰਗੰਧ ਆ ਰਹੀ ਆ ਸਾਹਮਣੇ ਮੱਸਾ ਰੰਗੜ ਪਲੰਗ ਤੇ ਬੈਠਾ ਏ ਪੈਰ ਉੱਪਰ ਰੱਖੀ ਇੱਕ ਹੱਥ 'ਚ ਸ਼ਰਾਬ ਦਾ ਪਿਆਲਾ ਦੂਸਰੇ 'ਚ ਹੁੱਕਾ ਸ਼ਰਾਬ ਨਾਲ ਪੂਰਾ ਰੱਜਿਆ ਹੋਇਆ ਬੈਠਾ ਬੈਠਾ ਪਲੰਗ ਤੇ ਬਸ ਪੰਡ ਨੂੰ ਹੱਥ ਪਾਉਣ ਲਈ ਝੁਕਦਾ ਏ ਇੱਕੋ ਸੈਕਿੰਡ 'ਚ ਪਾਏ ਮਹਤਾਜ ਸਿੰਘ ਕੱਢਦੇ ਨੇ ਕਰਪਾਣ ਘਾਟਾ ਲਾ ਕੇ ਪਰਾਂ ਮਾਰ ਦਿੰਨੇ ਆ ਦਾ ਦਰਬਾਰ ਸਾਹਿਬ ਦੇ ਮੇਨ ਗੇਟ ਚੋਂ ਭਾਈ ਮਹਿਤਾਬ ਸਿੰਘ ਬਾਹਰ ਨਿਕਲਦੇ ਨੇ ਸੱਜੇ ਹੱਥ 'ਚ ਬਾਲਾਂ ਤੋਂ ਫੜਿਆ ਹੁੰਦਾ ਮੱਸੇ ਰੰਗੜ ਦਾ ਸਿਰ ਖੱਬੇ ਹੱਥ 'ਚ ਕਿਰਪਾਨ ਫੜੀ ਹੁੰਦੀ ਆ। ਫੌਜ ਪਿੱਛਾ ਵੀ ਕਰਦੀ ਆ ਇਹਨਾਂ ਦਾ ਫਿਰ ਕਿੱਥੇ ਰਾਹ ਦਿੰਦੇ ਨੇ ਜਿੱਥੇ ਪਵਿੱਤਰ ਬੀੜ ਰੱਖੀ ਜਾਂਦੀ ਆ ਗੁਰੂ ਗ੍ਰੰਥ ਸਾਹਿਬ ਦੀ। ਉੱਥੇ ਮੰਜਾ ਡਾ ਲੈਂਦਾ ਸੀ। ਕੀਰਤਨੀਏ ਸਿੰਘ ਜਿੱਥੇ ਕੀਰਤਨ ਕਰਦੇ ਨੇ ਉੱਥੇ ਨਾਚੀਆਂ ਦੇ ਨਾਚ ਹੁੰਦੇ ਸੀ। ਪਰ ਕਰਮਾਂ ਤੋਂ ਜਿਵੇਂ ਜਿਵੇਂ ਇਹ ਦਰਬਾਰ ਸਾਹਿਬ ਵੱਲ ਨੂੰ ਵੱਧ ਰਹੇ ਨੇ। ਘੁੰਗਰੂਆਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇੱਕ ਮੁਗਲ ਸਪਾਹੀ ਮਿਲਦਾ ਇਹਨਾਂ ਨੂੰ ਫਿਰ ਪ੍ਰਕਰਮਾਂ 'ਚ। ਹੂੰਚ ਉਹਦੇ ਪਾਨ ਹੁੰਦੀ ਆ। ਪਾਨ ਇਹਨਾਂ ਦੇ ਸਾਹਮਣੇ ਥੁੱਕਦਾ। ਭਾਈ ਮਹਿਤਾਬ ਸਿੰਘ ਆਪਦੇ 6 ਸਾਲ ਦੇ ਮੁੰਡੇ ਨੂੰ ਆਪਦੇ ਪੱਗਵਟ Hindu ਭਰਾ ਜਿਹਦਾ ਨਾਮ ਨੱਥੂ ਖਹਿਰਾ ਸੀ ਉਹਦੇ ਕੋਲ ਛੱਡ ਕੇ ਗਏ ਹੁੰਦੇ ਨੇ। ਹੁਣ ਮੁਗਲਾਂ ਦੀ ਫੌਜ ਨੱਥੂ ਖਹਿਰੇ ਦੇ ਪਿੰਡ ਪਹੁੰਚ ਜਾਂਦੀ ਹੈ ਮੀਰਾਕੋਟ। ਉਹਨੂੰ ਕਹਿੰਦੇ ਵੀ ਮਹਿਤਾਬ ਸਿੰਘ ਦਾ ਮੁੰਡਾ ਸਾਡੇ ਹਵਾਲੇ ਕਰ। ਅੱਜ ਗੱਲ ਕਰਾਂਗੇ ਪਾਪੀ ਮਸੇਰੰਗੜ ਬਾਰੇ। ਕਿਹਨੇ ਇਹਨੂੰ ਦਰਬਾਰ ਸਾਹਿਬ ਭੇਜਿਆ? ਕਿਉਂ ਇਹਨੇ ਇੰਨੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸਿੰਘਾਂ ਨੇ ਕਿਵੇਂ ਪਲੈਨਿੰਗ ਕੀਤੀ ਕਿਵੇਂ ਇਹਨੂੰ ਨਰਕਾਂ ਦੇ ਰਾਹ ਭੇਜਿਆ ਇਹ سلسلہ ਸ਼ੁਰੂ ਕਿੱਥੋਂ ਹੁੰਦਾ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਉਦੋਂ ਬਾਅਦ ਸਿੱਖਾਂ ਤੇ ਬਹੁਤ ਜ਼ਿਆਦਾ ਜ਼ੁਲਮ ਹੁੰਦਾ ਹੈ ਸਿੱਖ ਜਾਨਾਂ ਬਚਾਉਂਦੇ ਜੰਗਲਾਂ 'ਚ ਚਲੇ ਜਾਂਦੇ ਨੇ ਫਿਰ ਚੌਧਰੀਆਂ ਦੀ ਇੱਕ ਮੀਟਿੰਗ ਕੀਤੀ ਗਈ ਉਹਦੇ ਵਿੱਚ ਮੰਡਿਆਲੀ ਪਿੰਡ ਦਾ ਇੱਕ ਮਸਾਲੂਲਦੀਨ ਉਹਨੂੰ ਸਿਲੈਕਟ ਕੀਤਾ ਗਿਆ ਦਰਬਾਰ ਸਾਹਿਬ ਭੇਜਣ ਵਾਸਤੇ ਜਿਹਨੂੰ ਆਪਾਂ ਮਸਾ ਰੰਗੜ ਕਹਿੰਦੇ ਆ ਇਹਦੇ ਚਿਹਰੇ ਤੇ ਇੱਕ ਮੱਸਾ ਹੁੰਦਾ ਸੀ ਤੇ ਇਹ ਜਾਤ ਦਾ ਰੰਗੜ ਸੀ ਤਾਂ ਕਰਕੇ ਇਹਨੂੰ ਮੱਸਾ ਰੰਗੜ ਕਹਿੰਦੇ ਸੀ ਸਾਰੇ ਸਕਰੀਆ ਖਾਨ ਮੱਸੇ ਰੰਗੜ ਨੂੰ ਕਹਿੰਦਾ ਸਿੱਖਾਂ ਨਾਲ ਜੋ ਕਰਨਾ ਕਰ ਮੇਰੀ ਕੋਈ ਰੋਕ ਟੋਕ ਨਹੀਂ ਤੈਨੂੰ ਤੂੰ ਦਰਬਾਰ ਸਾਹਿਬ ਜਾ ਤੇ ਸਭ ਤੋਂ ਪਹਿਲਾਂ ਉੱਥੇ ਸਰੋਵਰ ਬੰਦ ਕਰ ਇੱਕ ਵੀ ਸਿੱਖ ਮੈਨੂੰ ਸਰੋਵਰ 'ਚ ਇਸ਼ਨਾਨ ਕਰਦਾ ਨਹੀਂ ਦੇਖਣਾ ਚਾਹੀਦਾ ਐਡਾ ਖੌਫ ਸਰੋਵਰ ਦਾ ਸੀ ਇਹਨਾਂ ਨੂੰ ਮੱਸੇ ਰੰਗੜ ਨੇ ਦਰਬਾਰ ਸਾਹਿਬ ਜਾਣ ਸਰ ਫਿਰ ਕੀ ਕੀਤਾ ਮਿੱਟੀ ਲਿੱਦ ਚੰਮ ਹੱਡੀਆਂ ਉਹਨੂੰ ਜੋ ਮਿਲਿਆ ਇਕੱਠਾ ਕਰਕੇ ਉਹਨੇ ਸਰੋਵਰ ਚ ਭਰਤਾ ਸਾਰੀਆਂ ਗੰਦਮੰਦ ਨਾਲ ਉਹਨੇ ਸਰੋਵਰ ਪੂਰਤਾ ਸਿੱਖਾਂ ਦੀ ਐਂਟਰੀ ਕਰਤੀ ਬੈਨ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਪਵਿੱਤਰ ਬੀੜ ਰੱਖੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਮੰਜਾ ਡਾ ਲੈਂਦਾ ਸੀ ਚੌਂਕੜੀ ਮਾਰ ਕੇ ਉੱਪਰ ਬੈੰਦਾ ਸੀ ਜਿੱਥੇ ਚੌਰ ਸਾਹਿਬ ਰੱਖੇ ਜਾਂਦੇ ਸੀ ਉੱਥੇ ਹੁੱਕਾ ਰੱਖ ਲੈਂਦਾ ਸੀ ਆਪਦਾ ਕੀਰਤਨੀਏ ਸਿੰਘ ਜਿੱਥੇ ਕੀਰਤਨ ਕਰਦੇ ਨੇ ਉੱਥੇ ਨਾਚੀਆਂ ਦੇ ਨਾਚ ਹੁੰਦੇ ਸੀ ਆਲੇ ਦੁਆਲੇ ਮੁਗਲ ਬੈਠੇ ਹੁੰਦੇ ਸੀਗੇ ਉਹ ਸ਼ਰਾਬਾਂ ਪੀ ਪੀ ਕੇ ਉੱਚੀ ਉੱਚੀ ਹੱਸਦੇ ਤੁਸੀਂ ਸਮਝ ਸਕਦੇ ਹੋ ਨਾ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਆਪਾਂ ਨੂੰ ਐ ਲੱਗਦਾ ਨਾ ਜਿਵੇਂ ਸਵਰਗ ਦੇਖ ਲਿਆ ਹੁੰਦਾ ਉਦੋਂ ਦੇਖੋ ਕੀ ਹਾਲ ਕੀਤਾ ਸੀ ਇਹਨਾਂ ਨੇ ਬਹੁਤ ਟਾਈਮ ਸਿੱਖਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਦਰਬਾਰ ਸਾਹਿਬ 'ਚ ਆਗੋਸ਼ ਹੋ ਰਿਹਾ ਕਿਉਂਕਿ ਸਿੱਖ ਹੈ ਹੀ ਨਹੀਂ ਸੀਗੇ ਪੰਜਾਬ 'ਚ ਫਿਰ ਇੱਕ ਭਾਈ ਬਲਾਕਾ ਸਿੰਘ ਸੀਗੇ ਜਦੋਂ ਉਹਨਾਂ ਨੂੰ ਦਰਬਾਰ ਸਾਹਿਬ ਦੇ ਇਹਨਾਂ ਹਾਲਾਤਾਂ ਦਾ ਪਤਾ ਲੱਗਦਾ ਤਾਂ ਉਹਨਾਂ ਦਾ ਅੰਦਰ ਰੋਂਣ ਲੱਗ ਜਾਂਦਾ ਫਿਰ ਉਹ ਸਿੰਘਾਂ ਨੂੰ ਲੱਭਦੇ ਨੇ ਕਿ ਕਿੱਥੇ ਨੇ ਸਿੱਖ ਲੱਭਦੇ ਲੱਭਦੇ ਫਿਰ ਉਹ ਬੀਕਾਨੇਰ ਚਲੇ ਜਾਂਦੇ ਨੇ ਬੀਕਾਨੇਰ ਸੀਗਾ ਭਾਈ ਸ਼ਾਮ ਸਿੰਘ ਦਾ ਜਥਾ ਆਪਦੇ ਸਿੰਘਾਂ ਨਾਲ ਉਹਨਾਂ ਜੀ ਸੀਗੇ ਭਾਈ ਸੁਖਾ ਸਿੰਘ ਭਾਈ ਮਹਤਾਬ ਸਿੰਘ ਭਾਈ ਬੁਲਾਕਾ ਜਦੋਂ ਉੱਥੇ ਜਾਂਦੇ ਨੇ ਸਿੰਘ ਇੱਕ ਜਗ੍ਹਾ ਇਕੱਠੇ ਹੋਏ ਹੁੰਦੇ ਨੇ ਭਾਈ ਬੁਲਾਕਾ ਜੀ ਉੱਥੇ ਪੁੱਬਾਂ ਮਾਰ ਮਾਰ ਰੋਣ ਲੱਗ ਜਾਂਦੇ ਨੇ ਸਾਰੇ ਡਰ ਜਾਂਦੇ ਨੇ ਵੀ ਪਾਪੀਆਂ ਨੇ ਪਤਾ ਨਹੀਂ ਕਿੰਨੇ ਹੋਰ ਸਿੱਖ ਸ਼ਹੀਦ ਕਰਤੇ ਹੋਣੇ ਆ ਉਹ ਕਹਿੰਦੇ ਵੀ ਕਿੰਨੇ ਸਿੱਖ ਸ਼ਹੀਦ ਕਰਤੇ ਉਹ ਕਹਿੰਦੇ ਸਿੱਖਾਂ ਦੀ ਸ਼ਹੀਦੀ ਤੇ ਮੈਂ ਰੋਣਾ ਨਹੀਂ ਸੀ ਆ ਜਿਹੜਾ ਹੋਇਆ ਨਾ ਇਹ ਤਾਂ ਕਹਿਰੀਆ ਫਿਰ ਉਹਨੇ ਜਦੋਂ ਦੱਸੇ ਨਾ ਦਰਬਾਰ ਸਾਹਿਬ ਦੇ ਹਾਲ ਤਾਂ ਉੱਥੇ ਬੈਠੇ ਸਿੱਖਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਭਾਈ ਮਹਿਤਾਬ ਸਿੰਘ ਕਹਿੰਦੇ ਇੰਨੇ ਗੁੱਸੇ 'ਚ ਆ ਗਏ ਨਾ ਉਹਨਾਂ ਨੇ ਕਿਰਪਾਨ ਕੱਢ ਲਈ ਉਹ ਭਾਈ ਬਲਾਕਾ ਨੂੰ ਕਹਿੰਦੇ ਤੂੰ ਫਿਰ ਉੱਥੇ ਕੀ ਕਰਦਾ ਸੀ ਤੂੰ ਇੱਥੇ ਕਿਵੇਂ ਆ ਗਿਆ ਕਹਿੰਦੇ ਉੱਥੇ ਲੜਿਆ ਨਹੀਂ ਉੱਥੇ ਲੜ ਕੇ ਹੀ ਮਰ ਜਾਣਾ ਸੀ ਤੂੰ ਭਾਈ ਬੁਲਾਕਾ ਜੀ ਕਹਿੰਦੇ ਜੇ ਮੈਂ ਉੱਥੇ ਹੀ ਸ਼ਹੀਦ ਹੋ ਜਾਂਦਾ ਲੜ ਕੇ ਤਾਂ ਤੁਹਾਡੇ ਤੱਕ ਖ਼ਬਰ ਕਿਵੇਂ ਆਉਂਦੀ ਹੈ ਵੀ ਤੁਹਾਨੂੰ ਦੱਸਣਾ ਦਾਦਾ ਜ਼ਰੂਰੀ ਸੀਗਾ ਫਿਰ ਭਾਈ ਮਹਿਤਾਬ ਸਿੰਘ ਜਿਹੜੇ ਮੀਰਾਕੋਟ ਪਿੰਡ ਦੇ ਸੀਗੇ ਕਹਿੰਦੇ ਨੇ ਕਿ ਮੈਨੂੰ ਆਗਿਆ ਦੋ ਮੈਂ ਜਾਣਾ ਅੰਮ੍ਰਿਤਸਰ ਇਸ ਪਾਪੀ ਨੂੰ ਸੋਧਾ ਲਾ ਕੇ ਮੈਂ ਆਉਂਗਾ ਭਾਈ ਸੁਖਾ ਸਿੰਘ ਮਾੜੀ ਕੰਬੋਗੇ ਫਿਰ ਖੜੇ ਹੁੰਦੇ ਨੇ ਕਹਿੰਦੇ ਮੈਂ ਜਾਵਾਂ ਬੀਕਾਨੇਰ ਤੋਂ ਫਿਰ ਦੋਨੋਂ ਸਿੱਖ ਅਰਦਾਸਾ ਸੋਧ ਕੇ ਚੱਲਦੇ ਨੇ ਤੇ ਤਰਨਤਾਰਨ ਆ ਕੇ ਇਹ ਪੇਸ਼ ਬਦਲ ਲੈਂਦੇ ਨੇ ਆਪਦਾ ਕਿਉਂਕਿ ਖਾਲਸੇ ਦੇ ਪੇਸ਼ ਚ ਤਾਂ ਇਹ ਜੋ ਕੰਮ ਕਰਨ ਆਏ ਨੇ ਉਹ ਪਾਪੀ ਨੂੰ ਸੋਧਣ ਆਏ ਨੇ ਉਹ ਹੋ ਹੀ ਨਹੀਂ ਸਕਦਾ ਫਿਰ ਇਹ ਤੁਰਕੀ ਪੱਗਾਂ ਬੰਨ ਲੈਂਦੇ ਨੇ ਲੰਬਰਦਾਰਾਂ ਦਾ ਪੇਸ਼ ਬਣਾ ਲੈਂਦੇ ਨੇ ਫਿਰ ਉੱਥੇ ਇਹ ਮਿੱਟੀ ਦੇ ਬਰਤਨ ਲੈਂਦੇ ਨੇ ਖਾਸੇ ਫਿਰ ਉਹਨਾਂ ਨੂੰ ਤੋੜ ਲੈਂਦੇ ਨੇ ਛੋਟੇ ਛੋਟੇ ਪੀਸ ਕਰ ਲੈਂਦੇ ਨੇ ਉਹਨਾਂ ਲੀਆਂ ਜਿ ਮੰਨ ਕੇ ਪੰਡਾ ਤਿਆਰ ਕਰ ਲੈਂਦੇ ਨੇ ਦੋ ਤਿੰਨ ਬੰਨਣਾ ਲੱਦ ਲੈਂਦੇ ਨੇ ਅੰਮਰਸਰ ਐਂਟਰ ਕਰ ਜਾਂਦੇ ਨੇ ਚੱਪੇ-ਚੱਪੇ ਤੇ ਮੁਗਲ ਫੌਜ ਦਰਬਾਰ ਸਾਹਿਬ ਜਦੋਂ ਐਂਟਰ ਕਰਦੇ ਨੇ ਪ੍ਰਕਰਮਾਂ ਦੇ ਨਾਲ ਇੱਕ ਲਾਚੀ 베ਰੀ ਉੱਥੇ ਜਾ ਕੇ ਆਪਦੇ ਘੋੜੇ ਬੰਨਦੇ ਨੇ ਤੇ ਉੱਥੇ ਹੀ ਆਪਦੇ ਨੇਜੇ ਰੱਖ ਦਿੰਦੇ ਨੇ ਜਦੋਂ ਹਾਲ ਦੇਖਦੇ ਨੇ ਇਹ ਦਰਬਾਰ ਸਾਹਿਬ ਦਾ ਕਿਤਕੀਆਂ ਬਟਨ ਲੱਗ ਜਾਂਦੇ ਨੇ ਇਹ। ਕਿਰ ਆ ਕੀ ਹਾਲ ਕਰਤਾ ਪਾਪੀਆਂ ਨੇ ਸਾਡੇ ਦਰਬਾਰ ਸਾਹਿਬ ਦਾ। ਪਰ ਉੱਥੇ ਕਰਦੇ ਨਹੀਂ ਕੁਝ ਇਹ। ਕਿਉਂਕਿ ਜਿਹਨੂੰ ਸੋਧਣਾ ਆਏ ਨੇ ਉਹ ਤਾਂ ਅੰਦਰ ਬੈਠਾ ਹੈ। ਇੱਕ ਮੁਗਲ ਸਿਪਾਹੀ ਮਿਲਦਾ ਇਹਨਾਂ ਨੂੰ ਫਿਰ ਪ੍ਰਕਰਮਾ 'ਚ। ਮੂੰਹ 'ਚ ਉਹਦੇ ਪਾਨ ਹੁੰਦੀ ਆ। ਪਾਨ ਇਹਨਾਂ ਦੇ ਸਾਹਮਣੇ ਥੁੱਕਦਾ। ਕਹਿੰਦਾ ਆ ਕੀ ਲੈ ਕੇ ਆਏ ਹੋ? ਕਹਿੰਦੇ ਜੀ ਅਸੀਂ ਨੇੜਲੇ ਪਿੰਡ ਦੇ ਲੰਬਰਧਾਰ ਆ। ਚੌਧਰੀ ਸਾਹਮਣੂ ਮਾਮਲਾ ਤਾਰਨ ਆਏ ਆ। ਸਾਡਾ ਖਾਸਾ ਇਕੱਠਾ ਹੋਇਆ ਪਿਆ ਸੀ। ਉਹ ਕਹਿੰਦਾ ਮੇਰਾ ਵੀ ਫਿਰ ਥੋੜਾ ਮੋਟਾ ਮਾਨਤਾਨ ਕਰਿਓ ਇਕੱਲਾ ਚੌਧਰੀ ਸਾਹਿਬ ਨੂੰ ਨਾ ਦੇ ਆਇਓ ਭਾਈ ਮਹਤਾਬ ਸਿੰਘ ਕਹਿੰਦੇ ਨੇ ਵੀ ਹਾਂ ਕੋਈ ਗੱਲ ਨਹੀਂ ਕਹਿੰਦੇ ਸਾਰਿਆਂ ਦਾ ਹਿਸਾਬ ਪੂਰਾ ਕਰਕੇ ਜਾਵਾਂਗੇ ਬੇਫਿਕਰ ਰੋ ਪਰ ਕਰਮਾਂ ਤੋਂ ਜਿਵੇਂ ਜਿਵੇਂ ਇਹ ਦਰਬਾਰ ਸਾਹਿਬ ਵੱਲ ਨੂੰ ਵੱਧ ਰਹੇ ਨੇ ਘੁੰਗਰੂਆਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਜਿਵੇਂ ਪੈਰ ਦਰਬਾਰ ਸਾਹਿਬ ਵੱਲ ਨੂੰ ਪਟਦੇ ਨੇ ਮੁਗਲਾਂ ਦੇ ਹਾਸਿਆਂ ਦੀ ਆਵਾਜ਼ ਸੁਣਦੀ ਹੈ ਇਹਨਾਂ ਨੂੰ ਫਿਰ ਉਹ ਵੇਲਾ ਆ ਜਾਂਦਾ ਜਦੋਂ ਇਹ ਦਰਬਾਰ ਸਾਹਿਬ ਐਂਟਰ ਕਰਦੇ ਨੇ ਸਾਹਮਣੇ ਮਸਾ ਰੰਗੜ ਪਲੰਗ ਤੇ ਬੈਠਾ ਏ ਪੈਰ ਉੱਪਰ ਰੱਖੀ ਇੱਕ ਹੱਥ 'ਚ ਸ਼ਰਾਬ ਦਾ ਪਿਆਲਾ ਦੂਸਰੇ 'ਚ ਹੁੱਕਾ ਸ਼ਰਾਬ ਨਾ ਪੂਰਾ ਰੱਜਿਆ ਹੋਇਆ ਇੱਕ ਨਾਚੀ ਨਾਚ ਕਰ ਰਹੀ ਆ ਦਰਬਾਰ ਸਾਬਦੀਆਂ ਕੰਦਾ ਨਾਲ ਲੱਗੇ ਮੁਗਲ ਸ਼ਰਾਬਾਂ ਪੀ ਰਹੇ ਨੇ ਦਾਰੂ ਦੀ ਦਰਗੰਧ ਆ ਰਹੀ ਆ ਹੁੱਕਿਆਂ ਦੀ ਦਰਗੰਧ ਆ ਰਹੀ ਆ ਉਹਨਾਂ ਦੇ ਕੋਕਰਮਾਂ ਦੀ ਦਰਗੰਧ ਆ ਰਹੀ ਆ ਅੰਦਰੋਂ ਸੋਚੂ ਕੀ ਹਾਲ ਹੋਇਆ ਉਹਨਾਂ ਦਾ ਫਿਰ ਉਹ ਨਾਚੀ ਜਦੋਂ ਨੱਚ ਰਹੀ ਹੁੰਦੀ ਆ ਉਹ ਨੱਚ ਦੀ ਨੱਚ ਦੀ ਮਸੇ ਰੰਗੜ ਕੋਲ ਆਉਂਦੀ ਆ ਮਸੇ ਰੰਗੜ ਫਿਰ ਉਹਦਾ ਹੱਥ ਫੜਨ ਦੀ ਕੋਸ਼ਿਸ਼ ਕਰਦਾ ਹੈ ਉਹ ਪਿੱਛੇ ਨੂੰ ਭੱਜ ਜਾਂਦੀ ਆ ਫਿਰ ਉਹ ਸਾਰੇ ਮੁਗਲਾਂ ਕੋਲ ਜਾਂਦੀ ਆ ਦਰਬਾਰ ਸਾਹਿਬ ਇੱਕ ਸਵਰਗ ਹੈ ਜਿਹੜਾ ਵੀ ਆਉਂਦਾ ਹੈ ਉਹਨਾਂ ਲਈ ਸਵਰਗ ਹੈ ਤੇ ਉਹ ਟਾਈਮ ਦੇਖੋ ਕੀ ਫੀਲ ਕੀਤਾ ਹੋਣਾ ਉਹਨਾਂ ਨੇ ਜਦੋਂ ਮਸੇ ਰੰਗੜ ਨੇ ਇਹਨਾਂ ਨੂੰ ਦੇਖ ਲੈਂਦਾ ਕਿ ਪੰਡਾ ਚੱਕੀ ਆਉਂਦੇ ਨੇ ਕਹਿੰਦਾ ਕੀ ਲੈ ਕੇ ਆਏ ਹੋ ਕਹਿੰਦੇ ਜੀ ਸਾਡਾ ਮਾਮਲਾ ਇਕੱਠਾ ਹੋਇਆ ਪਿਆ ਸੀ ਉਹ ਤਾਰਨ ਆਏ ਆ ਰੱਖ ਦਿੰਦੇ ਨੇ ਪੰਡਾ ਮਸੇ ਰੰਗੜ ਦੇ ਪਲੰਘ ਕੋਲ ਕਹਿੰਦਾ ਠੀਕ ਆ ਜਾਓ ਕਹਿੰਦੇ ਜੀ ਗਿੰਤਾ ਲਓ ਕਈ ਵਾਰ ਘਟ ਵੱਧ ਹੋਣਗੀਆਂ ਜੇ ਘਟ ਹੋਈਆਂ ਸੀ ਹੋਰ ਦੇ ਦਾਂਗੇ ਤੁਹਾਨੂੰ ਲਾਲਚੀ ਸੀ ਬੰਦਾ ਪਾਪੀ ਤਾਂ ਸੀਗਾ ਹੀ ਲਾਲਚੀ ਵੀ ਸੀਗਾ ਬੈਠਾ ਬੈਠਾ ਪਲੰਗ ਤੇ ਬਸ ਪੰਡ ਨੂੰ ਹੱਥ ਪਾਉਣ ਲਈ ਝੁਕਦਾ ਏ ਇੱਕੋ ਸਕਿੰਟ ਚ ਪਾਈ ਮਹਤਾਬ ਸਿੰਘ ਕੱਢਦੇ ਨੇ ਕਰਪਾਨ ਗਾਟਾ ਲਾ ਕੇ ਭਰਾ ਮਾਰਦੇ ਨੇ ਉਹਦਾ ਪਤਾ ਹੀ ਨਹੀਂ ਚੱਲਦਾ ਕਿਸੇ ਨੂੰ ਫਗਦੜ ਮੱਚ ਜਾਂਦੀ ਆ ਸਾਰੇ ਹੈ ਵੀ ਇਹ ਕੀ ਹੋ ਗਿਆ ਮੱਸੇ ਰੰਗੜ ਨੇ ਵੀ ਕਦੇ ਸੋਚਿਆ ਨਹੀਂ ਹੋਣਾ ਵੀ ਸਿੱਖ ਕਿਵੇਂ ਆ ਜਾਣਗੇ ਇੱਥੇ ਕਹਿੰਦੇ ਚੁਟਕੀਆਂ ਦੇ ਖੇਡਣ ਵਾਲੀ ਭਾਈ ਸੁੱਖਾ ਸਿੰਘ ਚਾਰ ਪੰਜ ਮੁਗਲਾਂ ਨੂੰ ਝਟਕਾ ਦਿੰਦੇ ਨੇ ਸਾਰੇ ਹੋ ਜਾਂਦੇ ਨੇ ਪਿੱਛੇ ਪਿੱਛੇ ਕਿਸੇ ਨੂੰ ਸਮਝ ਹੀ ਨਹੀਂ ਆਉਂਦਾ ਵੀ ਕੀ ਹੋ ਗਿਆ ਹੁਣ ਸੀਨ ਦੇਖੋ ਦਰਬਾਰ ਸਾਹਿਬ ਦੇ ਮੇਨ ਗੇਟ ਚੋਂ ਭਾਈ ਮਹਿਤਾਬ ਸਿੰਘ ਬਾਹਰ ਨਿਕਲਦੇ ਨੇ ਸੱਜੇ ਹੱਥ 'ਚ ਬਾਲਾਂ ਤੋਂ ਫੜਿਆ ਹੁੰਦਾ ਮੱਸੇ ਰੰਗੜ ਦਾ ਸਿਰ ਖੱਬੇ ਹੱਥ 'ਚ ਕਿਰਪਾਨ ਫੜੀ ਹੁੰਦੀ ਆ ਜਕਾਰਾ ਲਾ ਕੇ ਬਾਹਰ ਨਿਕਲਦੇ ਨੇ ਫੁਰਤੀ ਨਾਲ ਹੀ ਕਹਿੰਦੇ ਜਾਂਦੇ ਨੇ ਘੋੜਿਆਂ ਤੇ ਬਹਿੰਦੇ ਨੇ ਭਾਈ ਸੁੱਖਾ ਸਿੰਘ ਟੰਗਦੇ ਨੇ ਮੱਸੇ ਰੰਗੜ ਦਾ ਸਿਰ ਨੇਜੇ ਤੇ ਤੇ ਨਿਕਲ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕਰੀਏ ਕੀ ਨਾਚੀਆਂ ਨੋਚੀਆਂ ਸਾਰੇ ਤਵਲਚੀ ਪਤਾ ਹੀ ਨਹੀਂ ਕਿੱਧਰ ਖੇਰੂ ਖੇਰੂ ਹੋ ਗਏ ਸੁੱਤੀ ਵੀ ਰਹਿ ਗਈ ਮੁਗਲ ਫੌਜ ਹਵਾ ਵਾਂਗੂ ਗਏ ਕਰਕੇ ਆਪਦਾ ਕੰਮ ਹਵਾ ਵਾਂਗੂ ਉਥੋਂ ਅੱਗੇ ਗੁਰੂ ਦੇ ਸਿੱਖ ਫੌਜ ਪਿੱਛਾ ਵੀ ਕਰਦੀ ਐ ਇਹਨਾਂ ਦਾ ਫੇਰ ਕਿੱਥੇ ਰਾਹ ਦਿੰਦੇ ਨੇ ਉਦੋਂ ਬਾਅਦ ਗੰਗਾਨਗਰ ਪੜਾ ਕਰਦੇ ਨੇ ਤੇ ਫੇਰ ਪਹੁੰਚਦੇ ਨੇ ਸਿੱਧਾ ਬਿਕਾਨੇਰ ਜਾ ਕੇ ਖਾਲਸੇ ਦੇ ਪੈਰਾਂ 'ਚ ਇਹ ਪਾਪੀ ਦਾ ਸਿਰ ਰੱਖ ਦਿੰਦੇ ਨੇ ਫਿਰ ਉੱਥੇ ਮੱッセ ਰੰਗੜ ਦਾ ਫਿਰ ਉੱਥੇ ਉਹ ਪਾਪੀ ਦਾ ਸਿਰ ਦੇਖ ਕੇ ਗੁੱਸੇ ਚ ਆਏ ਸਿੱਖਾਂ ਨੇ ਠੇਡੇ ਵੀ ਮਾਰੇ ਰੇ ਸਿਰ ਨੂੰ ਫਿਰ ਭਾਈ ਸ਼ਾਮ ਸਿੰਘ ਨੇ ਰੋਕਿਆ ਉਹ ਕਹਿੰਦੇ ਵੀ ਇਹਨੂੰ ਇਹਦੇ ਕਰਮਾਂ ਦੀ ਸਜ਼ਾ ਮਿਲ ਗਈ ਆ ਹੁਣ ਇਹਦੇ ਸਿਰ ਨੂੰ ਅਗਨ ਭੇਂਟ ਕਰ ਦੋ ਇਹ ਗੁਰੂ ਦੇ ਸਿੱਖਾਂ ਨੇ ਐਕਸ਼ਨ ਕਰਕੇ ਪੂਰੀ ਹਕੂਮਤ ਹਿਲਾਤੀ ਮੱッセ ਰੰਗੜ ਦਾ ਪਰਿਵਾਰ ਪਹੁੰਚ ਜਾਂਦਾ ਜ਼ਕਰੀਆ ਖਾਨ ਦੇ ਦਰਬਾਰ 'ਚ ਕਹਿੰਦਾ ਤੂੰ ਹੀ ਭੇਜਿਆ ਸੀ ਨਾ ਤੂੰ ਤਾਂ ਕਹਿੰਦਾ ਸੀ ਸਿੱਖ ਕਮਜ਼ੋਰ ਨੇ ਸਿੱਖ ਤਾਂ ਹੈ ਹੀ ਨਹੀਂ ਸਿੱਖ ਤਾਂ ਮਾਰਤੇ ਅਸੀਂ ਆ ਲੈ ਗਏ ਤੇਰੇ ਚੌਧਰੀ ਦਾ ਸਿਰ ਵੱਢ ਕੇ ਸਿੱਖ ਕਹਿੰਦੇ ਸਾਨੂੰ ਤਾਂ ਸਿਰ ਲਿਆ ਕੇ ਦੇ ਉਹਦਾ ਜਾਂ ਜਿਨ੍ਹਾਂ ਨੇ ਇਹਦਾ ਸਿਰ ਵੱਢਿਆ ਏ ਸਾਨੂੰ ਉਹਨਾਂ ਦੇ ਸਿਰ ਚਾਹੀਦੇ ਨੇ। ਸਕਰੀਆ ਖਾਨ ਗੁੱਸੇ ਨਾਲ پاگل ਹੋ ਜਾਂਦਾ ਕਹਿੰਦੇ ਉੱਥੇ ਕਹਿੰਦਾ ਲੱਭੋ ਇਹਨਾਂ ਨੂੰ ਹੁਣ ਸਿੱਖ ਕਿੱਥੇ ਲੱਭਣ ਫਿਰ ਕਹਿੰਦਾ ਇਹਨਾਂ ਦਾ ਕੋਈ ਪਰਿਵਾਰ ਵਾਲਾ ਤਾਂ ਹੋਊਗਾ ਇੱਥੇ ਕਹਿੰਦਾ ਜੇ ਆਪ ਨਹੀਂ ਹੈਗੇ ਤੱਬਰ ਤਾਂ ਹੋਊ ਕੋਈ ਨਾ ਕੋਈ ਤਾਂ ਹੋਊ ਲੱਭੋ ਫਿਰ ਇਹ ਆਪਦੇ ਖਬਰੀਆਂ ਨੂੰ ਆਪਦੇ ਜਸੂਸਾਂ ਨੂੰ ਪਿੰਡਾਂ 'ਚ ਭੇਜਦਾ ਬੜੇ ਗੱਦਾਰ ਸੀਗੇ ਹਰਪਖਤ ਵਰਗੇ ਰਾਮੇ ਰੰਧਾਵੇ ਵਰਗੇ ਭਾਈ ਮਹਿਤਾਬ ਸਿੰਘ ਆਪਦੇ 6 ਸਾਲ ਦੇ ਮੁੰਡੇ ਨੂੰ ਆਪਦੇ ਪੱਗਵਟ ਹਿੰਦੂ ਭਰਾ ਜਿਹਦਾ ਨਾਮ ਨੱਥੂ ਖਹਿਰਾ ਸੀ ਉਹਦੇ ਕੋਲ ਛੱਡ ਕੇ ਗਏ ਹੁੰਦੇ ਨੇ ਵੀ ਤੂੰ ਇਹਦਾ ਧਿਆਨ ਰੱਖਣਾ ਹੈ ਕਹਿੰਦੇ ਮੇਰੇ ਨਾਲ ਇੱਕ ਵਾਅਦਾ ਕਰ ਵੀ ਇਹਦੇ ਕੇਸ਼ ਕਤਲ ਨਹੀਂ ਕਰਾਏਂਗਾ ਤੇ ਇਹਦਾ ਧਰਮ ਨਹੀਂ ਬਦਲਾਏਂਗਾ ਜੋ ਮਰਜ਼ੀ ਹੋ ਜੇ ਹੁਣ ਮੁਗਲਾਂ ਦੀ ਫੌਜ ਨੱਥੂ ਖਹਿਰੇ ਦੇ ਪਿੰਡ ਪਹੁੰਚ ਜਾਂਦੀ ਹੈ ਅਮੀਰਾ ਕੋਰ ਉਹਨੂੰ ਕਹਿੰਦੇ ਵੀ ਮਹਿਤਾਬ ਸਿੰਘ ਦਾ ਮੁੰਡਾ ਸਾਡੇ ਹਵਾਲੇ ਕਰ। ਉਹ ਕਹਿੰਦਾ ਜੀ ਮੇਰੇ ਕੋਲ ਤਾਂ ਹੈ ਹੀ ਨਹੀਂ। ਸਾਨੂੰ ਸਭ ਪਤਾ ਹੈ ਤੇਰੇ ਕੋਲ ਹੀ ਹੈ। ਜੇ ਤਾਂ ਜਾਨ ਬਚਾਉਣੀ ਆ ਆਪਦੀ ਤਾਂ ਮੁੰਡਾ ਸਾਡੇ ਹਵਾਲੇ ਕਰ ਦੇ। ਕਹਿੰਦਾ ਜੀ ਠੀਕ ਆ। ਉਹ ਡਰ ਜਾਂਦਾ ਨੱਥੂ ਘੇਰਾ ਕਹਿੰਦਾ ਜੀ ਠੀਕ ਆ ਮੈਂ ਲਿਆ ਕੇ ਦਿੰਨਾ। ਫਿਰ ਜਾਂਦਾ ਹੈ ਭਾਈ ਮਹਿਤਾਬ ਸਿੰਘ ਦੇ ਮੁੰਡੇ ਨੂੰ ਲੈਣ। ਉੱਥੇ ਕਮਰੇ 'ਚ ਇਹ ਆਪ ਹੁੰਦਾ। ਭਾਈ ਮਹਿਤਾਬ ਸਿੰਘ ਦਾ ਮੁੰਡਾ ਰਾਏ ਸਿੰਘ ਹੁੰਦਾ। ਇਹਦਾ ਆਪ ਦਾ ਮੁੰਡਾ ਹੁੰਦਾ, ਇਹਦਾ ਪਨੋਈਆ ਹੁੰਦਾ ਤੇ ਇਹਦਾ ਇੱਕ ਨੌਕਰ ਹੁੰਦਾ। ਸਾਨੇ ਨੂੰ ਲੈ ਕੇ ਇਹ ਨਿਕਲ ਜਾਂਦਾ ਉਥੋਂ ਫੌਜ ਨੂੰ ਪਤਾ ਲੱਗ ਜਾਂਦਾ ਉਹ ਪਿੱਛਾ ਕਰਦੇ ਨੇ ਥੋੜੀ ਅੱਗੇ ਜਾ ਕੇ ਘੇਰ ਲੈਂਦੇ ਨੇ ਇਹਨੂੰ ਜਿੰਨੀ ਸ਼ਮਤਾ ਹੁੰਦੀ ਹੈ ਇਹ ਲੜਦਾ ਫੌਜ ਨਾਲ ਲੜਦਾ ਲੜਦਾ ਇਹ ਸ਼ਹੀਦ ਹੋ ਜਾਂਦਾ ਇਹਨੂੰ ਵੀ ਮਾਰ ਦਿੰਦੇ ਨੇ ਇਹਦੇ ਮੁੰਡੇ ਨੂੰ ਵੀ ਮਾਰ ਦਿੰਦੇ ਨੇ ਇਹਦੇ ਪਨੋਈਏ ਨੂੰ ਵੀ ਮਾਰ ਦਿੰਦੇ ਨੇ ਇਹਦੇ ਨੌਕਰ ਨੂੰ ਵੀ ਮਾਰ ਦਿੰਦੇ ਨੇ ਭਾਈ ਮਹਿਤਾਬ ਸਿੰਘ ਦੇ ਮੁੰਡੇ ਰਾਏ ਸਿੰਘ ਨੂੰ ਵੀ ਮਾਰ ਕੇ ਸੱਟ ਜਾਂਦੇ ਨੇ ਪਰ ਕਿਸਮਤ ਦੇਖੋ 6 ਸਾਲ ਦੇ ਬੱਚੇ ਦੇ ਇੱਕ ਬਹੁਤ ਡੂੰਗਾ ਫੱਟ ਲੱਗਿਆ ਹੁੰਦਾ ਪਰ ਉਹ ਮਰਿਆ ਨਹੀਂ ਹੁੰਦਾ ਅੱਜ ਕੱਲ ਕਹਿ ਨਹੀਂ ਦਿੰਦੇ ਆਪਾਂ ਜਿਹੜਾ ਐਰਾ ਗੈਰਾ ਨੱਥੂ ਖੈਰਾ ਇਹ ਉਹ ਨੱਥੂ ਖੈਰਾ ਸੀ ਅਸੀਂ ਕੀ ਮੁੱਲ ਪਾਇਆ ਕੋਈ ਕਾਡੀ ਮੁੱਲ ਨਹੀਂ ਪਾਇਆ ਅਸਲ 'ਚ ਬਦਲ ਦਿੱਤਾ ਗਿਆ ਹੈ ਕੁਝ ਹੋਰ ਸੀ ਇੱਕ ਕਹਾਵਤ ਉਦੋਂ ਕਹੀ ਜਾਂਦੀ ਸੀ ਐਰਾ ਗੈਰਾ ਨੈ ਨੱਥੂ ਖੈਰਾ ਕਿ ਹਰ ਕੋਈ ਐਰਾ ਗੈਰਾ ਨੱਥੂ ਖੈਰਾ ਨਹੀਂ ਬਣ ਸਕਦਾ ਇਹ ਬਦਲ ਦੀ ਬਦਲ ਦੀ ਸਾਡੇ ਤੱਕ ਕਿਵੇਂ ਆ ਗਈ ਐਰਾ ਗੈਰਾ ਨੱਥੂ ਖੈਰਾ ਹੁਣ ਉਹ ਕਹਿੰਦੇ ਨੇ ਯਾਰ ਐਰਾ ਗੈਰਾ ਨੱਥੂ ਖੈਰਾ ਕੀ ਚੀਜ਼ ਸੀ ਕੀ ਹੋਗੀ ਹੁਣ ਅੱਗੇ ਤੋਂ ਜਦੋਂ ਕਿਸੇ ਨੂੰ ਕਹੋਗੇ ਨਾ ਐਰਾ-ਗੈਰਾ ਨੱਥੂ ਕਹਿਰਾ ਬੜਾ ਸੋਚ ਲਿਓ ਵੀ ਤੁਸੀਂ ਕਿਹਦੀ ਕੁਰਬਾਨੀ ਦਾ ਮਜ਼ਾਕ ਬਣਾ ਰਹੇ ਆਂ ਉਤੋਂ ਫਿਰ ਉਹ ਜ਼ਖਮੀ ਅਧ ਮਰੇ ਬੱਚੇ ਭਾਈ ਰਾਏ ਸਿੰਘ ਨੂੰ ਇੱਕ ਮਾਈ ਲੈ ਜਾਂਦੀ ਹੈ ਚੱਕ ਕੇ ਤੇ ਉਹਦਾ ਪਾਲਣ ਪੋਸ਼ਣ ਕਰਦੀ ਹੈ ਰਾਏ ਸਿੰਘ ਪੰਗੂ ਦੇ ਅੱਗੇ ਸੁਪੁੱਤਰ ਹੁੰਦੇ ਨੇ ਰਤਨ ਸਿੰਘ ਪੰਗੂ ਸਿੱਖ ਕੌਮ ਚ ਜਿਨ੍ਹਾਂ ਦਾ ਬਹੁਤ ਉੱਚਾ ਰਤਬਾ ਹੈ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਜਿਨ੍ਹਾਂ ਨੇ ਭਾਈ ਰਤਨ ਸਿੰਘ ਪੰਗੂ ਮੱਸੇ ਰੰਗੜ ਦਾ ਸਿਰ ਵੱਡਣ ਤੋਂ 5 ਸਾਲ ਬਾਅਦ ਭਾਈ ਮਹਿਤਾਬ ਸਿੰਘ ਨੂੰ ਲਾਹੌਰ ਵਿਖੇ ਮਗਲਾ ਨੇ ਗ੍ਰਫਤਾਰ ਕਰ ਲਿਆ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪੁੱਤਰ ਰਾਏ ਸਿੰਘ ਦਾ ਪਾਲਣ ਪੋਸ਼ਣ ਵੀ ਭਾਈ ਸੁਖਾ ਸਿੰਘ ਨੇ ਕੀਤਾ ਤੇ ਭਾਈ ਸੁਖਾ ਸਿੰਘ 1753 ਚ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਲੜਦੇ ਸ਼ਹੀਦ ਹੋ ਗਏ। ਸਾਡੀ ਬੇਨਤੀ ਆ ਕਿ ਆਪਦੇ ਬੱਚਿਆਂ ਨੂੰ ਸਾਡੀਆਂ ਵੀਡੀਓ ਜ਼ਰੂਰ ਦਿਖਾਇਆ ਕਰੋ। ਕਮੈਂਟ ਕਰਕੇ ਤੁਸੀਂ ਸਾਨੂੰ ਦੱਸ ਵੀ ਦਿਆ ਕਰੋ ਕਿ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ। ਤੇ ਅਗਲੀ ਵੀਡੀਓ ਤੁਹਾਨੂੰ ਕਿਹੜੇ ਟੌਪਿਕ ਤੇ ਚਾਹੀਦੀ ਆ ਇਹ ਵੀ ਸਾਨੂੰ ਜ਼ਰੂਰ ਦੱਸ ਸਕਦੇ ਹੋ ਤੁਸੀਂ। ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ